आईजी कुंवर विजय प्रताप दी वापसी नाल बरगाड़ी मुद्दा फिर एक बार तो पक चुका है। जी हां, बरगाड़ी ते बैबल कला कांड च बनाई गई सेट ने प्रकाश सिंह बादल, सुखबीर सिंह बादल अते सुमेश सैनी अते राम रहीम नु श्री गुरु ग्रंथ साहिब जी दी बेअदबी ते गोलीकांड च साजिश रचन दे इल्जाम तो बाद पंजाब दी राजनीति एक बार फिर गर्मा गई है, जिसके चलते पंजाब डेमोक्रेटिक अलायंस दे सुखपाल सिंह खैरा ने जलंधर विच मीडिया नाल गलबात करदे हुए बादल अते कैप्टन अमरिंदर सिंह दी मिली भुगत दे इल्जाम लगाए ने। इस मौके खैरा ने सुखबीर सिंह बादल दा अस्तीफा भी मंगया ते नाल ही उन्हां दा कहना है कि सिखां कोलों सुखबीर सिंह बादल नूं जनतक होके माफी मंग लैनी चाहीदी है। इस मौके सुखपाल सिंह खैरा ने बादल परिवार नूं खूब रगड़े लगाए कि गुरु ग्रंथ साहिब जी दी बेअदबी दे मसले ते जिहड़ी साजिश ते दोषी ने ਉਹ ਤਿੰਨ ਵਿਅਕਤੀਆਂ ਨੂੰ ਹੋਲਡ ਕੀਤਾ ਐਸ ਆਈ ਟੀ ਨੇ। ਸੁਖਬੀਰ ਸਿੰਘ ਬਾਦਲ, ਉਸ ਵਕਤ ਦੇ ਡੀ ਜੀ ਪੀ ਸੁਮੇਧ ਸਿੰਘ ਸੈਣੀ ਅਤੇ ਡੇਰਾ ਮੁਖੀ ਸੱਚਾ ਸੌਦਾ, ਇਹਨਾਂ ਤਿੰਨਾਂ ਦੀ ਸਾਜਿਸ਼ ਦੇ ਤਹਿਤ ਰਿਪੀਟਿਡਲੀ 2015 ਵਿੱਚ ਜਿਹੜੇ 15 ਇੰਸੀਡੈਂਟਸ ਹੋਏ ਨੇ, ਇੰਕਲੂਡਿੰਗ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਦੇ ਇੰਸੀਡੈਂਟਸ, ਉਹ ਸਾਰੇ ਐਸ ਆਈ ਟੀ ਨੇ ਉਸ ਸਾਰੀਆਂ ਬੇਅਦਬੀਆਂ ਲਈ ਸੁਖਬੀਰ ਸਿੰਘ ਬਾਦਲ ਅਤੇ ਡੇਰਾ ਸੱਚਾ ਸੌਦਾ ਦਾ, ਗੁਰਮੀਤ ਰਾਮ ਰਹੀਮ ਨੂੰ ਅਤੇ ਸੁਮੇਧ ਸਿੰਘ ਸੈਣੀ ਨੂੰ ਦੋਸ਼ੀ ਪਾਇਆ ਹੈ। ਇਸ ਲਈ ਸਭ ਤੋਂ ਪਹਿਲਾਂ ਕਿ ਇਸ ਤੋਂ ਅੱਗੇ ਮੈਂ ਕੋਈ ਗੱਲ ਹੋਰ ਮੰਗ ਅੱਗੇ ਚੱਲਾਂ, ਮੈਂ ਮੰਗ ਕਰਦਾ, ਅਸੀਂ ਪੰਜਾਬ ਦੇ ਲੋਕ, ਨਾ ਸਿਰਫ ਕੋਈ ਇੱਕ ਪਾਰਟੀ, ਨਾ ਕੋਈ ਇੱਕ ਵਰਗ, ਬਲਕਿ ਸਮੂਹ ਪੰਜਾਬ ਦੇ ਲੋਕ ਇਹ ਮੰਗ ਕਰਦੇ ਨੇ ਕਿ ਸੁਖਬੀਰ ਸਿੰਘ ਬਾਦਲ ਨੂੰ ਤੁਰੰਤ ਬਤੌਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵਜੋਂ ਅਸਤੀਫਾ ਦੇ ਦੇਣਾ ਚਾਹੀਦਾ ਵਾ, ਔਰ ਸਿੱਖ ਆਵਾਮ ਦੇ ਕੋਲੋਂ, ਪੰਜਾਬ ਦੇ ਲੋਕਾਂ ਦੇ ਕੋਲੋਂ ਡੇਰਾ ਜੋ ਸਾਰੀ ਦੁਨੀਆ ਦੇ ਵਿੱਚ ਗੁਰੂ ਨਾਨਕ ਨਾਮ ਲੇਵਾ ਨੇ, ਉਹਨਾਂ ਕੋਲੋਂ ਇੱਕ ਪਬਲਿਕ ਅਪੋਲੋਜੀ, ਜਨਤਕ ਮਾਫੀ ਮੰਗਣੀ ਚਾਹੀਦੀ ਆ। ਜੋ ਇਹਨੇ ਭੰਬਲ ਭੂਸਾ ਪਾਇਆ ਇੰਨੇ ਸਾਲ ਲੋਕਾਂ ਨੂੰ ਇਸ ਸਾਰੀ ਗੱਲ ਦੇ ਉੱਤੇ ਜਿਹੜਾ ਮਿਸਲੀਡ ਕੀਤਾ ਔਰ ਬਹੁਤ ਉਲਟੇ ਇਲਜ਼ਾਮ ਲਾਏ ਸਿੱਖ ਜਥੇਬੰਦੀਆਂ 'ਤੇ ਬਹੁਤ ਸਾਰੇ ਲੋਕਾਂ ਨੂੰ ਟੋਰਚਰ ਕਰਵਾਇਆ ਗਿਆ, ਜਾਣਦਿਆਂ ਹੋਇਆਂ ਕਿ ਬੇਅਦਬੀਆਂ ਆਪ ਹੀ ਕਰਵਾਈਆਂ ਸੁਖਬੀਰ ਸਿੰਘ ਨੇ, ਅਤੇ ਲੋਕਾਂ ਨੂੰ ਟੋਰਚਰ ਕਰਵਾ ਕੇ ਉਹਦੇ 'ਤੇ ਬਹੁਤ ਜ਼ੁਲਮ ਢਾਇਆ ਇਸ ਬੰਦੇ ਨੇ। ਔਰ ਇਹਦਾ ਜਿਹੜਾ ਥੋੜ੍ਹਾ ਜਿਹਾ ਪਿਛੋਕੜ ਅਗਰ ਆਪ ਝਾਕ ਮਾਰਾਂਗੇ ਤਾਂ ਸਿੱਧਾ ਸਿੱਧਾ ਕਨੈਕਟ ਹੁੰਦਾ ਕਿ ਇਹਨਾਂ ਦਾ ਕਿਸ ਤਰ੍ਹਾਂ ਬਾਦਲ ਦੇ ਪਰਿਵਾਰ ਦੀ ਸ਼ਮੂਲੀਅਤ ਇਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵਿੱਚ ਹੋਈ ਆ। ਉਹ ਸਾਰੇ ਤੱਤ ਤੁਹਾਡੇ ਸਾਹਮਣੇ ਆਰਾਮ ਨਾਲ ਇੱਕ ਸੀਰੀਜ਼ ਬਣ ਜਾਂਦੀ ਆ ਸਾਰੀ ਈਵੈਂਟਸ ਦੀ। ਜਦੋਂ 2007 ਵਿੱਚ ਡੇਰਾ ਮੁਖੀ ਰਾਮ ਰਹੀਮ ਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਪੋਸ਼ਾਕ ਦੀ ਬੇਅਦਬੀ ਕੀਤੀ ਸੀ, ਪਹਿਨ ਕੇ ਬੇਅਦਬੀ, ਉਸ ਪੋਸ਼ਾਕ ਨੂੰ ਪਹਿਨ ਕੇ ਪਹਿਲਾ ਜਿਹੜਾ ਘਟਨਾਕ੍ਰਮ ਵੱਡਾ ਬੇਅਦਬੀ ਦਾ ਹੋਇਆ ਸੀਗਾ। 2007 ਤੋਂ ਬਾਅਦ ਅਕਾਲੀ ਦਲ ਦੀ ਸਰਕਾਰ ਸੀ ਪੰਜਾਬ ਦੇ ਵਿੱਚ, ਇਹਨਾਂ ਨੇ ਬੜੀ ਤੇਜ਼ੀ ਦੇ ਨਾਲ ਉਹਦੇ ਖਿਲਾਫ ਜਿਹੜਾ FIR ਦਰਜ ਕੀਤੀ ਔਰ ਉਹ ਸਾਰੇ ਚਾਰਜਸ ਜਿਹੜੇ ਸੀ FIR ਦੇ ਉਹ ਬਠਿੰਡਾ ਦੀ ਅਦਾਲਤ ਵਿੱਚ ਪਹੁੰਚ ਕੇ, ਲੇਕਿਨ 7 ਤੋਂ ਲੈ ਕੇ 12 ਤੱਕ ਇਸ ਸਾਰੀ ਤਹਿਕੀਕਾਤ ਦੇ ਉੱਤੇ ਕੋਈ ਇੰਪੋਰਟੈਂਟ ਤੱਥ ਪੰਜਾਬ ਦੀ ਪੁਲਿਸ ਜਾਣ ਕੇ ਨਹੀਂ ਪੇਸ਼ ਕੀਤੇ ਬਠਿੰਡਾ ਦੀ ਅਦਾਲਤ ਵਿੱਚ, ਕਿਉਂਕਿ ਇਸ ਦਰਮਿਆਨ ਬਾਦਲ ਦੇ ਟੱਬਰ ਨੇ ਅਤੇ ਗੁਰੂ ਡੇਰਾ ਸੱਚਾ ਸੌਦਾ ਦੇ ਰਾਮ ਰਹੀਮ ਨੇ ਆਪਸ ਵਿੱਚ ਵੋਟਾਂ ਦੀ ਲੈਣ ਦੇਣ ਦੀ ਜਿਹੜੀ ਸੀਗੀ ਗੱਠਜੋੜ ਉਹ ਕਰ ਚੁੱਕੇ ਸੀ। ਇੱਥੇ ਤੁਹਾਨੂੰ ਇਹ ਵੀ ਦੱਸ ਦਈਏ ਕਿ ਇਸ ਮੌਕੇ ਨਾਲ ਹੀ ਖੈਰਾ ਨੇ ਬਾਦਲਾਂ ਦੇ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਉਹਦੇ ਲਈ ਬਾਦਲ ਦਾ ਪਰਿਵਾਰ ਜ਼ਿੰਮੇਵਾਰ ਹੈ ਔਰ ਨਾਲ ਨਾਲ ਅਜੀਤ ਸਿੰਘ ਜਿਸ 'ਤੇ ਗੋਲੀ ਵੱਜਦੀ ਆ, ਜਦੋਂ 14 ਅਕਤੂਬਰ 2015 ਨੂੰ ਪੁਲਿਸ ਗੋਲੀ ਚਲਾਉਂਦੀ ਕੋਟਕਪੂਰੇ ਦੇ ਚੌਂਕ ਵਿੱਚ, ਲੇਕਿਨ ਪੁਲਿਸ ਕੋਈ FIR ਦਰਜ ਨਹੀਂ ਕਰਦੀ। ਜਸਟਿਸ ਰਣਜੀਤ ਸਿੰਘ ਕਮਿਸ਼ਨ CCTV ਜਿਹੜੇ ਲੱਗੇ ਸੀ ਚੌਂਕ ਵਿੱਚ, ਉਹਨਾਂ ਨੂੰ ਪ੍ਰਕਿਓਰ ਕਰਕੇ ਉਹਨਾਂ ਦੀਆਂ ਸਾਰੀਆਂ ਫੁਟੇਜ ਦੇਖ ਕੇ ਫਿਰ ਪਤਾ ਲੱਗਦਾ ਵਾ ਕਿ ਅਜੀਤ ਸਿੰਘ ਦੇ ਜਿਹੜੀ ਗੋਲੀ ਚੱਲੀ, 307 ਦਾ ਮੁਕੱਦਮਾ ਬਾਜਾ ਖਾਨਾ ਪੁਲਿਸ ਸਟੇਸ਼ਨ ਵਿੱਚ ਦਰਜ ਕੀਤਾ ਜਾਂਦਾ। ਇਸ ਲਈ ਜਿਹੜੇ ਬਾਦਲ ਹੁਣੀ ਕਹਿੰਦੇ ਕਿ ਸਾਡਾ ਕੋਈ ਕਸੂਰ ਨੀਗਾ, ਉਹ ਬਿੱਲੀ ਥੈਲੇ ਤੋਂ ਬਾਹਰ ਆ ਚੁੱਕੀ ਆ। ਇੱਕ SIT ਦੀ ਰਿਪੋਰਟ ਕੋਰੈਬਰੇਟ ਕਰਦੀ ਆ ਕਿ ਇਹਨਾਂ ਨੇ ਬੇਅਦਬੀਆਂ ਕਰਾਈਆਂ, ਅਤੇ ਦੂਜਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਕੋਰੈਬਰੇਟ ਕਰਦੀ ਆ ਕਿ ਜਿਹੜਾ 14 ਅਕਤੂਬਰ 2015 ਨੂੰ ਤੜਕੇ 2 ਵਜੇ ਚੀਫ ਮਿਨਿਸਟਰ ਨੇ ਸੈਣੀ ਨੂੰ ਫੋਨ ਕੀਤਾ, ਉਸ ਤੋਂ ਬਾਅਦ ਚੌਂਕ ਵੀ ਕਲੀਅਰ ਹੋ ਗਿਆ ਅਤੇ 9:15 ਵਜੇ ਬੈਬਲ ਕਲਾਂ ਦੇ ਵਿੱਚ ਵੀ 2 ਸਿੱਖ ਨੌਜਵਾਨ ਮਾਰੇ ਗਏ, ਇਹ ਦੋਸ਼ੀ ਨੇ। ਇਸ ਲਈ ਸਾਡੀ ਇੱਕ ਤਾਂ ਮੰਗ ਆ ਕਿ ਇਹ ਜਿਹੜੇ ਸਰਪ੍ਰਸਤ ਅਤੇ ਅਖੌਤੀ ਪ੍ਰਧਾਨ ਬਣੇ ਨੇ ਅਕਾਲੀ ਦਲ ਦੇ, ਇਹਨਾਂ ਤੋਂ ਅਸਤੀਫਾ ਹੋਣਾ ਚਾਹੀਦਾ। ਸੁਮੇਧ ਸਿੰਘ ਸੈਣੀ, ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਕ੍ਰਿਮੀਨਲ ਚਾਰਜਸ
बल्कि 302 दे ऑफेंसेस दे तहत FIR दर्ज करके इन्हां दे खिलाफ पुख्ता ते सख्त तो सख्त कार्रवाई होनी चाहिए है। चकदे टीवी नाल जुड़े रहने लई साडा चैनल सबसक्राइब करो। वीडियो सब तो पहला देखने लई बैल आइकन ते क्लिक करना ना भुल्यो।